ਓਕੇ ਠੀਕ ਹੈ। ਹੁਣ ਇਹ ਥੱਲੇ ਜਿੰਨੇ ਸਾਰੇ ਵੀ ਤੱਤ ਉਹਨਾਂ ਲਿਖੇ ਨੇ ਜਿਤਨੀਆਂ ਤਕਰੀਬਨ ਉਹਨਾਂ ਕੰਡੀਸ਼ਨਾਂ ਜਿਹੜੀਆਂ ਨਾਸਾਂ ਕੀ ਆਖਦੇ ਨੇ ਉਸਨੂੰ, ਯਾਨੀ ਕਿ ਮਨ ਵਾਲੀਆਂ ਜਿਤਨੀਆਂ ਚੀਜ਼ਾਂ ਨਾ ਸਾਰੀਆਂ ਇੱਥੇ ਲਿਖੀਆਂ ਨੇ। ਠੀਕ ਹੈ, ਇਹ ਤੁਸੀਂ ਟਰਾਈ ਕਰੋ ਖੁਦ ਹੀ, ਅਗਰ ਤੁਹਾਨੂੰ ਕੋਈ ਮਸਲਾ ਬਣਦਾ ਨਾ ਤਾਂ ਫਿਰ ਤੁਸੀਂ ਮੇਰੇ ਨਾਲ ਕਮਰਸ਼ੀਅਲ ਰਾਬਤਾ ਕਰੋ। ਓਕੇ, ਕਾਜ਼ੀ ਪਾਰਟੀਕੁਲਾਰੀ ਇਨ ਕੁਈ ਇਲ ਸੁਰਪਾਸੋ ਅਲਤਰੀ ਮਿਹਨਤੀ ਵੀ ਤਾਤੋ ਇਹ ਪਰਮੈਸੋ, ਯਾਨੀ ਕਿ ਉਹ ਖਾਸ ਕੰਡੀਸ਼ਨ ਆ ਜਿਹਦੇ ਵਿੱਚ ਸੁਰਪਾਸੋ ਵੀ ਤਾਤੋ ਵੇ ਇਹ ਪਰਮੈਸੋ ਵੇ ਜਾਂ ਇਜਾਜ਼ਤ ਹੈ। ਠੀਕ ਹੈ ਜੀ, ਉਹ ਕੁਝ ਕੰਡੀਸ਼ਨਾਂ ਨੇ ਜਿਹਨਾਂ ਵਿੱਚ ਮਨਾ ਵੀ ਹੋ ਸਕਦਾ ਤੇ ਕੁਝ ਕੰਡੀਸ਼ਨਾਂ ਨੇ ਜਿਹਨਾਂ ਦੇ ਵਿੱਚ ਇਜਾਜ਼ਤ ਵੀ ਹੋਵੇ। ਸੇਮ ਟੂ ਸੇਮ ਕੰਡੀਸ਼ਨ ਹੋਵੇ ਤੇ ਜਿਹਦੇ ਵਿੱਚ ਕਦੀ ਮਨਾ ਹੋਵੇ ਤੇ ਕਦੀ ਇਜਾਜ਼ਤ ਹੋਵੇ ਸੁਰਪਾਸੋ ਕਰਨ ਦੀ, ਦੇਖ ਲਿਆ। ਇਲ ਸੁਰਪਾਸੋ ਇਹ ਕੰਸੰਤੀ ਤੋਂ ਓਵਰਟੇਕ ਦੀ ਇਜਾਜ਼ਤ ਤੇ ਇਨ ਕੁਰਬਾ ਮੋੜ ਦੇ ਪਹਿਲਾ ਸਤਰਾਦਾ ਅਗਰ ਸੜਕ ਦੇ ਉੱਤੇ ਦੀ ਜਾਤੇ ਸੇ ਫਿਰਾ ਤੇ ਕੋ ਨਾਲ ਮੈਂ ਨੋ ਦੂਵੇ ਕੋਰਸੀ ਫਿਰ ਉਹਨੋ ਸੈਂਸ ਦੀ ਮਾਰ ਜਾ। ਅਗਰ ਦੋ ਪੀ ਸੈਂਸ ਹੋਵੇ ਤੇ ਕਰ ਜਾਤੇ ਸੇ ਫਿਰਾ ਤੇ ਨਾ ਹੋਣ ਤੇ ਉੱਥੇ ਕੀ ਹੁੰਦਾ ਓਵਰਟੇਕ ਮਨਾ ਹੁੰਦਾ। ਅਗਰ ਦੂਵੇ ਕਰ ਜਾਤੇ ਹੋਣ ਤੇ ਸੇ ਫਿਰਾ ਤੇ ਹੋਣ ਵੱਖਰੇ ਵੱਖਰੇ ਕਰ ਜਾਤੇ ਹੋਣ ਭਾਵੇਂ ਦੋ ਪੀ ਸੈਂਸ ਟ੍ਰੈਫਿਕ ਹੋਵੇ ਉਹਦਾ ਕੀ ਮਤਲਬ ਹੋਵੇਗਾ ਕਿ ਇੱਕ ਟ੍ਰੈਫਿਕ ਕਰ ਜਾਤੇ ਉੱਤੇ ਟ੍ਰੈਫਿਕ ਜਾ ਰਹੀ ਹੈ ਇੱਕ ਤੇ ਆ ਰਹੀ ਹੈ ਵੱਖਰੇ ਕਰ ਜਾਤੇ ਨੇ ਵਿਚਕਾਰ ਉਹਨਾਂ ਸਪਾਰਕ ਟ੍ਰੈਫਿਕ ਕੋਲ ਆਇਆ ਤੇ ਉੱਥੇ ਓਵਰਟੇਕ ਦੀ ਇਜਾਜ਼ਤ ਹੁੰਦੀ ਹੈ, ਮਨਾ ਨਹੀਂ ਹੁੰਦਾ ਉੱਥੇ। ਠੀਕ ਹੈ, ਮਨਾ ਉੱਥੇ ਹੁੰਦਾ ਜਿੱਥੇ ਦੋ ਹੀ ਟ੍ਰੈਕ ਹੋਣ, ਇੱਕ ਟ੍ਰੈਫਿਕ ਜਾਣ ਵਾਲਾ ਹੋਵੇ ਤੇ ਇੱਕ ਟ੍ਰੈਕ ਆਉਣ ਵਾਲਾ ਹੋਵੇ, ਉੱਥੇ ਕੀ ਹੋਵੇਗਾ ਮੋੜ ਦੇ ਸਾਹਮਣੇ ਦੋਸ਼ੀ ਦੇ ਸਾਹਮਣੇ ਮਨਾ ਹੋਵੇਗਾ ਓਵਰਟੇਕ ਕਰਨਾ। ਇਸ ਕੰਡੀਸ਼ਨ ਚ ਆਉਂਦਾ ਦੂਵੇ ਕਰੀ ਜਾਤੇ ਸੇ ਪਰਾਤ ਹੋਣੇ ਕੁਨ ਆਲ ਮੈਨੋ ਦੂਵੇ ਕੋਰਸੀ ਫਿਰ ਉਹਨੀ ਸੈਂਸ ਦੀ ਮਰ ਜਾ। ਕਮ ਅਜ਼ ਕਮ ਦੋ ਹੀ ਟ੍ਰੈਕ ਨੇ, ਦੋ ਟ੍ਰੈਕ ਉਸ ਤਰਫ ਨੇ ਤੇ ਦੋ ਹੀ ਦੂਜੇ ਤਰਫ ਨੇ ਤੇ ਦੋ ਕਰੀ ਜਾਤੇ ਨੇ, ਯਾਨੀ ਕਿ ਇੱਕ ਕਰੀ ਜਾਤਾ ਇਸ ਸਾਈਡ ਤੇ ਕਰੀ ਜਾਤਾ ਦੂਜੀ ਸਾਈਡ ਤੇ ਵੀ, ਜਿਹੜਾ ਇਸ ਸਾਈਡ ਤੇ ਕਰੀ ਜਾਤਾ ਉਹਦੇ ਤੋਂ ਵੀ ਦੋ ਟ੍ਰੈਕ ਨੇ, ਜਿਹੜਾ ਦੂਜੀ ਸਾਈਡ ਤੇ ਕਰੀ ਜਾਤਾ ਉਹਦੇ ਤੋਂ ਵੀ ਦੋ ਟ੍ਰੈਕ ਬਣੇ ਨੇ ਚੱਲਣ ਵਾਲੇ। ਇੰਜ ਦਾ ਕਰੀ ਜਾਤਾ ਹੋਵੇ ਤਾਂ ਉਹਦੇ ਤੇ ਕੀ ਹੋਵੇਗਾ ਵੇਰੋ, ਉਹਦੇ ਤੇ ਕੰਸੰਤੀਤੋ ਹੋਵੇ ਦਾ ਓਵਰਟੇਕ ਕਰਨਾ, ਭਾਵੇਂ ਮੋੜ ਹੋਵੇ ਤੇ ਭਾਵੇਂ 200 ਹੋਵੇ। ਠੀਕ ਹੈ, ਯਾਦ ਰੱਖਣੀ ਚੀਜ਼ ਇਲ ਸਰਪਾਸੋ ਕੰਸੰਤੀਤੋ ਓਵਰਟੇਕ ਦੀ ਇਜਾਜ਼ਤ ਹੈ ਸੂਈ ਦੋਸੀ। ਦੇਖਿਆ ਉੱਤੇ ਸਾਹਮਣੇ ਕੁਰਵਾ ਸੂਈ ਦੋਸੀ ਕੋਈ ਕੰਸੰਤੀਤੋ ਇਲ ਸਰਪਾਸੋ ਇਜਾਜ਼ਤ ਹੈ ਸਰਪਾਸੋ ਓਵਰਟੇਕ ਦੀ। ਅੱਛਾ ਸੋਰੀ, ਇਹ ਜਿਹੜੇ ਓਵਰਟੇਕ ਦੇ ਨੇ ਇਹ ਕੁਰਵਾ ਦੋਸੀ ਵਿੱਚ ਹੀ ਇਹ ਕੰਡੀਸ਼ਨ ਰੱਖੀ ਗਈ ਹੈ, ਬਕਾਇਆ ਨਹੀਂ ਕੋਈ ਕੰਡੀਸ਼ਨ ਕਰਿਓ ਰਿਹਾ ਓਵਰਟੇਕ ਦੀ, ਕਿ ਜਿੱਥੇ ਦੋ ਟਰੈਕ ਦੋ ਵੀ ਸੈਂਸ ਹੋਵੇ ਦੋ ਟਰੈਕ ਹੋਣ ਤੋਂ ਉੱਥੇ ਮਨ ਸੈਂਸ ਹੋਣੀ ਕੋ ਹੋਵੇ ਤੇ ਕੁਰਵੇ ਤੇ ਮੋੜ ਦੇ ਸਾਹਮਣੇ ਇਜਾਜ਼ਤ ਹੁੰਦੀ ਹੈ ਓਵਰਟੇਕ ਦੀ। ਜੇ ਅਗਰ ਦੋ ਕਾਰੀ ਜਾਤੀ ਹੋਣ ਤੇ ਦੋ ਸੈਪਰਾਤੀ ਹੋਣ ਤੇ ਕੋਲ ਅਲਮੇ ਨੂੰ ਕਮ ਅਜ਼ ਕਮ ਦੋ ਟਰੈਕ ਹੋਣ ਸੈਂਸ ਦੀ ਮਾਰ ਜਾ ਤੇ ਉੱਥੇ ਵੀ ਕੀ ਹੁੰਦਾ ਹੈ ਓਵਰਟੇਕ ਦੀ ਇਜਾਜ਼ਤ ਹੁੰਦੀ ਹੈ। ਠੀਕ ਹੈ, ਇਹ ਤਰੇ ਚੀਜ਼ਾਂ ਜਿਹੜੀਆਂ ਯਾਦ ਕਰਨ ਵਾਲੀਆਂ ਨੇ ਪੂਰੇ ਓਵਰਟੇਕ ਦੇ ਵਿੱਚ, ਇਹ ਦੋ ਤਰੇ ਚੀਜ਼ਾਂ ਮੁਸ਼ਕਲ ਮੈਨੂੰ ਲੱਗਦੀਆਂ ਜਿਹੜੀਆਂ ਯਾਦ ਕਰਨੀਆਂ ਚਾਹੀਦੀਆਂ ਤੁਹਾਨੂੰ, ਬਕਾਇਆ ਕੋਈ ਚੀਜ਼ ਮੁਸ਼ਕਲ ਨਹੀਂ ਹੈ, ਸਾਰੀਆਂ ਨਾਰਮਲ ਜਨਰਲ ਆਮ ਚੀਜ਼ਾਂ ਦਾ ਇਸਤੇਮਾਲ ਹੋਣੀਆਂ ਨੇ, ਜ਼ਿਹਨ ਵਿੱਚ ਵੀ ਆਉਣ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਬੰਦੇ ਦੇ। ਇੱਕ ਸੰਤੀਤੋ ਇਲ ਸੁਰਪਾਸੋ ਇਜਾਜ਼ਤ ਓਵਰ ਟੈਕ ਦੀ ਇਨ ਪ੍ਰੋਸੀਮੀਤਾ ਅੱਗੇ ਓਇਲ ਕੋਰਿਸਪੋਡੈਂਸਾ ਜਾਂ ਉੱਤੇ ਡੈਲ ਇੰਟਰਸਸ ਯੋਨੀ ਚੌਂਕਾਂ ਦੇ ਵਿੱਚ ਸੇ ਰੈਗੂਲਾਰ ਤੇ ਸੀਮਾ ਫੋਰ, ਅਗਰ ਉੱਥੇ ਟ੍ਰੈਫਿਕ ਲਾਈਟ ਲੱਗੀ ਹੋਵੇ ਬਿਲਕੁਲ ਵੇਰੋ। ਅਗਰ ਟ੍ਰੈਫਿਕ ਲਾਈਟ ਤੋਂ ਇਜਾਜ਼ਤ ਦੇਵੇ ਕਿ ਤੁਹਾਡਾ ਟਰੈਕ ਖੁੱਲ ਗਿਆ ਤੁਸੀਂ ਜਾਓ, ਭਾਵੇਂ ਜਿਸ ਤਰ੍ਹਾਂ ਖਲੋਤੇ ਆ ਭਾਵੇਂ ਇਸ ਤਰ੍ਹਾਂ ਖਲੋਤੇ ਆ, ਤੁਸੀਂ ਜਾਣਾ ਹੀ ਜਾਣਾ ਕਿਉਂਕਿ ਤੁਹਾਡੀ ਲਾਈਟ ਕੀ ਹੈ ਸਬਜ਼ ਹੋ ਗਈ ਬਿਲਕੁਲ ਵੇਰੋ। ਇੱਕ ਸੰਤੀਤਲ ਸੁਰਪਾਸੋ ਓਵਰਟੇਕ ਦੀ ਇਜਾਜ਼ਤ ਹੈ ਆ ਇਸ ਤਰ੍ਹਾਂ ਦੇਸਰੇ ਸਾਈਡ ਤੇ ਨੈਲੋ ਇੰਟਰਸੈਸੀਓ ਨੇ ਚੌਂਕਾਂ ਦੇ ਵਿੱਚ ਰੈਗੂਲਰ ਤੇ ਸੀਮਾ ਫੋਰੋ ਰੈਗੂਲਰ ਕੀਤੇ ਗਏ ਨੇ ਜਿਹੜੇ ਟ੍ਰੈਫਿਕ ਲਾਈਟਾਂ ਨਾਲ ਸੇਮ ਵਹੀਕਲ ਦਾ ਸੁਰਪਸਾਰੇ ਹਾਈ ਇੰਡੀਕਾ ਤੋਂ ਦੀ ਵਲੋਰ ਸਵਲਤਾਰੇ, ਜਿਸ ਗੱਡੀ ਨੂੰ ਤੁਸੀਂ ਓਵਰਟੇਕ ਕਰਨਾ ਚਾਹੁੰਦੇ ਹੋ ਹਾਈ ਇੰਡੀਕਾ ਤੋਂ ਬਤਾ ਦਿੱਤਾ ਹੈ ਦੀ ਸਵਲਤਾਰੇ ਦੀ ਵਲੋਰ ਸਵਲਤਾਰੇ ਇਸ ਤਰ੍ਹਾਂ ਉਹ ਮੁੜਨਾ ਚਾਹੁੰਦੀ ਇਸ ਤਰ੍ਹਾਂ ਇਹ ਦਹਾਨ ਜਿਆ ਤੋਂ ਦਾ ਮਨੋਵਰਾ ਜਾਂ ਉਸਨੇ ਸ਼ੁਰੂ ਕਰ ਛੱਡਿਆ ਮੋੜ ਕੱਟਣਾ ਬਿਲਕੁਲ ਵੀਰੋ। ਅਸੀਂ ਜਿਸ ਤਰ੍ਹਾਂ ਤੋਂ ਓਵਰਟੇਕ ਕਰ ਸਕਦੇ ਹਾਂ ਅਗਰ ਕੋਈ ਗੱਡੀ ਜਿਸ ਤਰ੍ਹਾਂ ਮੁੜਦੀ ਹੈ ਤੁਸੀਂ ਜਿਸ ਤਰ੍ਹਾਂ ਤੋਂ ਗੁਜ਼ਰਾਂਗੇ ਬਿਲਕੁਲ ਵੀਰੋ। ਇੱਕ ਸੰਦੀਤ ਸੁਰਪਾਸਾ ਸੁਰਪਾਸੋ ਮੈਲ ਇੰਟਰਸੈਕਸੀਓਨ ਸੇਲਾ ਸਤਰਾਦਾ ਇਹ ਆਪਣੇ ਕੀ ਦਿਨ ਜ਼ਾ ਫਿਰ ਕੇ ਆਦੂ ਵੀ ਕਰੀ ਜਾਤੇ ਸੇ ਫਿਰ ਆਤੇ। ਅੱਛਾ, ਇੱਕ ਸੰਦੀਤ ਜਾਗਤ ਇਲ ਸੁਰਪਾਸੋ ਓਵਰਟੇਕ ਦੀ ਮੈਲ ਇੰਟਰਸੈਕਸੀਓਨ ਚੌਂਕਾਂ ਦੇ ਵਿੱਚ ਸੇਲਾ ਸਤਰਾਦਾ ਆਪਣੇ ਕੀ ਦਿਨ ਜ਼ਾ ਅਗਰ ਸੜਕ ਹੱਕ ਰੱਖ ਦਈਏ ਕਿਉਂਕਿ ਇਸ ਤਰ੍ਹਾਂ ਫਿਰ ਕੇ ਆ ਦੂਵੇ ਕਰੀ ਜਾਤੇ ਸੇ ਫਿਰ ਆਤੇ ਉਹਦੇ ਕਰੀ ਜਾਤੇ ਸੈਪਰੇਟ ਨੇ। ਅੱਛਾ, ਜਿੱਥੇ ਕਰੀ ਜਾਤੇ ਸੈਪਰੇਟ ਆ ਜਾਣ ਉੱਥੇ ਤੁਸੀਂ ਕੀ ਕਰਨਾ ਉਹ ਸਕੂਜ਼ ਨੂੰ ਵੇਰੋ ਕਰ ਲਵੇ।
ਦਿਵਯਤੋ ਦੀ ਸੁਰਪਾਸੋ ਵਿੱਚ ਜਾਂ ਵਿਜੇਤਾ ਤੋਂ ਸੁਰਪਾਸੋ ਵਿੱਚ ਜਿੱਥੇ ਆਖਣ ਦਾ ਕੋਨਸਟੈਂਟੀਟੋ ਇਨ ਸੁਰਪਾਸੋ ਤੇ ਆਖਣ ਦੋਵੇਂ ਕਰ ਜਾਂ ਤੇ ਰਾਤ ਉਹ ਕੁਇਜ਼ ਵੇਰੋ ਕਰ ਲਓ ਬੇਸ਼ੱਕ ਇਹਨਾਂ ਕੋਰਸੀ ਸਿਆਨੋ ਦੇ ਲਿਮਿਟਾ ਤੇ ਦਲ ਆਪੋਜ਼ੀਟਾ ਸਿਨੇਮੈਟਿਕ ਹੋਰੀਜ਼ੋਂਟਲ ਹੈ ਯਾਨੀ ਕਿ ਜਿਹੜੇ ਟਰੈਕ ਨੇ ਉਹ ਬਣੇ ਨੇ ਇਸ ਤਰ੍ਹਾਂ ਬਣੇ ਨੇ ਕਿ ਉਹਨਾਂ ਦੇ ਉੱਤੇ ਖਾਸ ਨਿਸ਼ਾਨ ਮਾਰੇ ਗਏ ਨੇ ਸੜਕ ਦੇ ਉੱਤੇ ਪਤਾ ਤੀਰ ਮਾਰਦੇ ਨੇ ਲਿਫਟ ਦੇ ਉੱਤੇ ਤੀਰ ਦੱਸਦਾ ਡਾਇਰੈਕਸ਼ਨ ਸੜਕ ਦੇ ਉੱਤੇ ਕਿ ਇੱਧਰ ਜਾਓ ਜਿਸ ਤਰ੍ਹਾਂ ਜਾਓ ਇਸ ਤਰ੍ਹਾਂ ਜਾਓ ਤੇ ਫਿਰ ਵੀ ਕੀ ਹੈ ਇਜਾਜ਼ਤ ਆਉਂਦੀ ਓਵਰਟੇਕ ਦੀ ਇਜਾਜ਼ਤ ਇਨ ਸੁਰਪਾਸੋ ਓਵਰਟੇਕ ਦੀ ਇਨ ਕੋਰਿਸਪੋਂਡੈਂਸ ਦਾ ਦਲੇ ਇੰਟਰਸੈਕਸ਼ਨੀ ਨਜ਼ਦੀਕ ਚੌਂਕਾਂ ਦੇ ਸੇ ਸੀ ਸੁਪਰਾ ਉਨ ਵਹੀਕਲੋ ਅਗਰ ਇੱਕ ਗੱਡੀ ਜਿਹੜੀ ਉਹਨੂੰ ਓਵਰਟੇਕ ਸੁਪਰਾ ਕ੍ਰਾਸ ਕਰਦੇ ਉਨ ਵਹੀਕਲੋ ਅੱਧੇ ਰੋਤੇ ਦੋ ਟਾਇਰਾਂ ਵਾਲੀ ਨੂੰ ਨੋਨਾ ਮੋਤਰ ਜਿਹਦਾ ਇੰਜਨ ਨਹੀਂ ਹੈ ਇਹ ਨੋਨ ਸੀ ਇਨ ਵਾਦੇ ਔਰ ਤੁਸੀਂ ਨਾ ਜਾਓ ਇਨ ਦਾ ਤੇ ਰਿਜ਼ਰਵਾਤੋ ਅਲ ਸੈਂਸੋ ਓਪੋਸਟੋ ਔਰ ਜਿਹੜੀ ਖਾਸ ਮਹਿਸੂਸ ਕੀਤੀ ਗਈ ਹੈ ਸੈਂਸ ਓਪੋਸਟੋ ਮੁਖਾਲਫ ਸੀਮਤ ਟਰੈਕ ਅਗਰ ਤੁਸੀਂ ਉੱਧਰ ਨਹੀਂ ਜਾਂਦੇ ਤੇ ਬਿਲਕੁਲ ਵੀਰੋ ਇਹ ਕੁਝ ਅਸਾਂ ਪੜ੍ਹਿਆ ਵੀ ਸੀ ਉਹਦੇ ਵਿੱਚ ਪਿੱਛੇ ਲੈਸਨ ਦੇ ਵਿੱਚ ਕਿ ਅਗਰ ਦੋ ਟਾਇਰਾਂ ਵਾਲੀ ਗੱਡੀ ਹੈ ਤੇ ਬਗੈਰ ਇੰਜਨ ਤੋਂ ਹੈ ਨਾ ਬਗੈਰ ਫਰਜ਼ ਕਰੋ ਫਾਰ ਐਗਜ਼ਾਮਪਲ ਸਾਈਕਲ ਹੈ ਜਿਸ ਤਰ੍ਹਾਂ ਅਸੀਂ ਉਸਨੂੰ ਓਵਰਟੇਕ ਕਰ ਸਕਦੇ ਹਾਂ ਕਿਉਂਕਿ ਫਿਰ ਅਸੀਂ ਦੂਜੇ ਟਰੈਕ ਵਿੱਚ ਨਹੀਂ ਜਾਂਦੇ ਆਪਣੇ ਟਰੈਕ ਦੇ ਵਿੱਚ ਰਹਿੰਦੇ ਹੀ ਅਸੀਂ ਉਸਨੂੰ ਓਵਰਟੇਕ ਕਰਾਸ ਕਰ ਸਕਦੇ ਕਿਉਂਕਿ ਛੋਟੀ ਸੈਡ ਤੇ ਹੋ ਜਾਂਦੀ ਹੈ ਸਾਨੂੰ ਦੂਜੇ ਟਰੈਕ ਵਿੱਚ ਸੈਂਸ ਓਪੋਸਟ ਵਾਲਾ ਜਿਹੜਾ ਟਰੈਕ ਹੈ ਨਾ ਉਸ ਵਿੱਚ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਹੈ ਬਿਲਕੁਲ ਫਿਰ ਇੱਕ ਸਾਥੀ ਤਿੰਨ ਸੌ ਪਾਸੋ ਨਾਲ ਇੰਟਰਸੈਕਸ਼ਨ ਨੂੰ ਰੈਗੂਲਰ ਤੋਂ ਦਰਜੰਤੀ ਦਲ ਟ੍ਰੈਫਿਕ ਕੋ ਬਿਲਕੁਲ ਵੇਰੋ ਅਗਰ ਪੁਲਿਸ ਵਾਲੇ ਨੇ ਰੈਗੂਲੇਟ ਕੀਤਾ ਹੋਇਆ ਟ੍ਰੈਫਿਕ ਫਿਰ ਵੀ ਸਾਨੂੰ ਇਜਾਜ਼ਤ ਹੁੰਦੀ ਹੈ ਓਵਰਟੇਕ ਦੀ ਸਾਰੀ ਗੱਲ ਪੁਲਿਸ ਵਾਲਾ ਆਖੇ ਗੁਜ਼ਰ ਜਾ ਤੇ ਅਸਾਂ ਗੁਜ਼ਰਨਾ ਹੀ ਗੁਜ਼ਰਨਾ ਹਰ ਹਾਲ ਵਿੱਚ ਫਿਰ ਤਾਂ ਸਾਂ ਕਿਸੇ ਨੇ ਨਮਲ ਨਹੀਂ ਆਉਂਦੀ ਹੋਰ ਇੱਕ ਸੰਤੀ ਤੋਂ ਸੁਰਪਾਸੋ ਇਜਾਜ਼ਤ ਹੈ ਓਵਰਟੇਕ ਦੀ ਇਨ ਪ੍ਰੋਸੀਮੀਤਾ ਅੱਗੇ ਉਹ ਇਨ ਕੋਰਿਸਪੋਂਡੈਂਸ ਆਪਸਾਜੀ ਵਾਲੇ ਵੇਲੋ ਸਾਂਝਾ ਬਰੀਏ ਰਹੇ ਸਿਹਰਾ ਚਿਰਕੁਲਾਸੀ ਨੂੰ ਰੈਗੂਲਰ ਦਾ ਸੀਮਾ ਕਰੋ ਬਿਲਕੁਲ ਵੇਰੋ ਓਵਰਟੇਕ ਅਸੀਂ ਕਰ ਸਕਦੇ ਹਾਂ ਪ੍ਰੋਸੀਮੀਤਾ ਉਹ ਇਨ ਕੋਰਿਸਪੋਂਡੈਂਸ ਜਾਂ ਨਜ਼ਦੀਕ ਪਸਾਜੀ ਵਾਲੇ ਵੇਲੋ ਜਾਂ ਫਾਟਕਾਂ ਦੇ ਨਜ਼ਦੀਕ ਜਾਂ ਫਾਟਕਾਂ ਤੋਂ ਪਹਿਲੇ ਸਾਂਝਾ ਬਰੀਏ ਰਹੇ ਜਿੱਥੇ ਡੰਡੇ ਨਹੀਂ ਲੱਗੇ ਜਿੱਥੇ ਰੁਕਾਵਟਾਂ ਨਹੀਂ ਲੱਗੀਆਂ ਸਿਹਰਾ ਚਿਰਕੁਲਾਸੀ ਨੇ ਅਗਰ ਚੱਲਣਾ ਹੋਵੇ ਤਾਂ ਰੈਗੂਲਰ ਦਾ ਸੀਮਾ ਕਰੋ ਅਗਰ ਉਹ ਜਿਹੜਾ ਚੱਲਣ ਉਹ ਰੈਗੂਲੇਟ ਕੀਤਾ ਗਿਆ ਇੱਕ ਟ੍ਰੈਫਿਕ ਲਾਈਟ ਦੇ ਜ਼ਰੀਏ ਬਿਲਕੁਲ ਵੇਰੋ ਬਿਲਕੁਲ ਵੇਰੋ ਅੱਛਾ ਇਹ ਟ੍ਰੈਫਿਕ ਰੈਗੂਲਾਤਾ ਦਾ ਸੀਮਾ ਫਰੋ ਦੀ ਮੁਰਾਦ ਪਤਾ ਕੀ ਹੁੰਦਾ ਹੈ ਕਿ ਹੁਣ ਅਸੀਂ ਚੌਂਕ ਜਾਂ ਇੱਕ ਪਸਾਜੀ ਵਾਲੇ ਵੇਲੇ ਉਹਦੇ ਕੋਲ ਖੜੋਤੇ ਹਾਂ ਉੱਥੇ ਤਰੇ ਜਾਂ ਚਾਰ ਟਰੈਕ ਨੇ ਸਾਨੂੰ ਇੱਕ ਟਰੈਕ ਦੇ ਉੱਤੇ ਆਖੇ ਹੈ ਕਿ ਸਬਜ਼ ਇੱਕ ਟਰੈਕ ਨੂੰ ਉੱਤੇ ਨਾ ਕੀਤੇ ਹੈ ਯੈਲੋ ਇੱਕ ਟਰੈਕ ਨੂੰ ਉੱਤੇ ਨਾ ਕੀਤੇ ਹੈ ਰੈਡ ਫਿਰ ਇੱਕ ਟਰੈਕ ਨੂੰ ਨਾ ਕੀਤੇ ਹੈ ਸਬਜ਼ ਸਬਜ਼ ਵਾਲੇ ਤਾਂ ਗੁਜ਼ਰਨ ਦੇ ਰੈਡ ਵਾਲੇ ਖਲੋਣ ਦੇ ਜਦੋਂ ਖਲੋਤੇ ਹੋਣ ਦੇ ਤੁਸੀਂ ਉਹਨਾਂ ਨੂੰ ਕ੍ਰਾਸ ਕਰਾਉਣ ਦੇ ਸਬਜ਼ ਵਾਲੇ ਕ੍ਰਾਸ ਕਰਨ ਦੇ ਸਬਜ਼ ਬੱਤੀ ਵਾਲੇ ਟਰੈਕ ਜਿਹਨੂੰ ਕ੍ਰਾਸ ਕਰਨ ਦੇ ਰੈਡ ਟਰੈਕ ਵਾਲਿਆਂ ਨੂੰ ਤੇ ਕੀ ਹੋਏਗਾ ਓਵਰਟੇਕ ਕੀ ਨਾ ਹੋਏਗਾ ਜਿਹੜੇ ਖਲੋਤੇ ਨੂੰ ਅਸੀਂ ਕ੍ਰਾਸ ਕਰ ਰਹੇ ਹਾਂ ਓਵਰਟੇਕ ਬਣ ਜਾਂਦਾ ਆਟੋਮੈਟਿਕ ਇਸ ਚੀਜ਼ ਨੂੰ ਉਸ ਚੀਜ਼ ਨੂੰ ਓਵਰਟੇਕ ਆਖਿਆ ਜਾਂਦਾ ਜਿਸ ਤਰ੍ਹਾਂ ਮੈਂ ਪਿੱਛੇ ਲੈਸਨ ਵਿੱਚ ਵੀ ਸਮਝਾਇਆ ਸੀ ਅਗਰ ਫਿਰ ਵੀ ਕਿਸੇ ਨੂੰ ਮਰੀਜ਼ ਸਮਝ ਨਹੀਂ ਆ ਰਹੀ ਉਹ ਜਾ ਕੇ ਪਿੱਛੇ ਲੈਸਨ ਪੜ੍ਹ ਇੱਕ ਸੰਤੀ ਤੋਂ ਇਨ ਸੁਰਪਾਸੋ ਓਵਰਟੇਕ ਦੀ ਜਾਗਤ ਹੈ ਸੁਲਾਤੋ ਦੀ ਸ਼ੈਨ ਤੇ ਜੂਨ 200 ਯਾਨੀ ਕਿ ਇੱਕ 200 ਇੱਕ ਚੜ੍ਹਾਈ ਨਾ ਇੱਕ ਇੱਕ ਜੰਪ ਸੀ ਜਿਹਦੇ ਉੱਤੇ ਅਸੀਂ ਚੜ੍ਹੇ ਹਾਂ ਤੇ ਹੁਣ ਦਿਸ਼ਨ ਤੇ ਉਹਦੇ ਉੱਤੇ ਅਸੀਂ ਥੱਲੇ ਤੇ ਲੈਂਦੇ ਹਾਂ ਤੇ ਉੱਥੇ ਇਜਾਜ਼ਤ ਹੈ ਓਵਰਟੇਕ ਦੀ ਇਨ ਮਸਤਰਾਦਾ ਆਦੂ ਦੇ ਕੋਰਸੀਏ ਦੋ ਫੀ ਸੈਂਸੋ ਦੀ ਮਾਰਚਾ ਅਗਰ ਇੱਕ ਸੜਕ ਹੈ ਸਿਰਫ ਉਸ ਦੇ ਉੱਤੇ ਦੋ ਫੀ ਸੈਂਸੋ ਮਾਰਚਾ ਹੈ ਬਿਲਕੁਲ ਵੇਰੋ 200 ਦੇ ਅਸੀਂ ਜਿੱਦੂ ਜਿਹੜੀ ਤਰਾਤੋ ਹੁੰਦੀ ਹੈ ਨਾ ਚੜ੍ਹਨ ਵਾਲੀ ਸਲੀਰ ਵਾਲੀ ਉਹਦੇ ਉੱਤੇ ਮਲਾ ਹੁੰਦਾ ਅਗਰ ਦੋ ਟਰੈਕ ਹੋਣ ਤੇ ਦੋ ਫੀ ਸੈਂਸ ਹੋਵੇ ਅਗਰ ਜਿਹੜੀ ਤਰਾਤੋ ਦੀ ਸ਼ੇਨ ਤੇ ਹੋਵੇਗਾ ਅਸੀਂ ਹੁਣ ਜੰਪ ਦੇ ਉੱਤੇ ਅੱਪੜ ਗਏ ਹਾਂ ਜੰਪ ਨੂੰ ਅਸੀਂ ਥੱਲੇ ਲੈ ਰਹੇ ਹਾਂ ਉੱਥੇ ਕੀ ਹੋਏਗਾ ਭਾਵੇਂ ਦੋ ਟਰੈਕ ਹੋਣ ਤੇ ਭਾਵੇਂ ਚਾਰ ਹੋਣ ਤੇ ਭਾਵੇਂ ਦੋ ਫੀ ਸੈਂਸ ਹੋਣ ਉੱਥੇ ਸਾਨੂੰ ਓਵਰਟੇਕ ਦੀ ਇਜਾਜ਼ਤ ਹੈ ਉਰਲੀ ਸਾਈਡ ਤੇ ਮਨਾ ਤਾਂ ਕੀਤਾ ਗਿਆ ਹੁੰਦਾ ਹੈ ਕਿ ਇੱਕ ਜੰਪ ਉਹ ਤਾਂ ਅਸੀਂ ਚੜ੍ਹਨਾ ਤੇ ਅੱਗੋਂ ਥੱਲੇ ਲੈ ਜਾਣਾ ਹੁਣ ਅਸੀਂ ਉਹਦਾ ਚੜ੍ਹਨਾ ਤੇ ਸਾਨੂੰ ਅੱਗੋਂ ਜਿੱਥੋਂ ਥੱਲੇ ਲੈ ਆਉਣਾ ਉੱਥੋਂ ਸਾਨੂੰ ਨਜ਼ਰ ਕੋਈ ਨਹੀਂ ਹੁੰਦਾ ਕਿ ਚੜ੍ਹਦੇ ਹਾਂ ਉਹ ਤਾਂ ਕਿ ਅੱਗੋਂ ਕੁਛ ਆ ਰਹੀ ਕਿ ਨਹੀਂ ਆ ਰਹੀ ਜੇਕਰ ਅਸੀਂ ਉੱਥੇ ਓਵਰਟੇਕ ਕਰਨ ਦੀ ਕੋਸ਼ਿਸ਼ ਕਰਾਂਗੇ ਐਨ ਜ਼ਿੰਮੇਵਾਰੀ ਬਣ ਜਾਂਦੀ ਹੈ ਇਹੀ ਮਸਲਾ ਬਣ ਸਕਦਾ ਹੈ ਕਿ ਜੇ ਅਸੀਂ ਓਵਰਟੇਕ ਕਰਨ ਕਰੀਏ ਤੇ ਅੱਗੋਂ ਯਕਦਮ ਗੱਡੀ ਆ ਜਾਏ ਕਿਉਂਕਿ ਨਜ਼ਰ ਨਹੀਂ ਆ ਰਹੇ ਹੁੰਦਾ ਇਸ ਗੱਲੇ ਕਰਕੇ ਚੜ੍ਹਨ ਵਾਲੀ ਸਾਈਡ ਤੋਂ ਮਨਾ ਹੁੰਦਾ ਤੇ ਤਰਾਤੋ ਦੀ ਸ਼ੇਨ ਤੇ ਜਿੱਥੋਂ ਸਾ ਲੈਣ ਵਾਲੀ ਸਾਈਡ ਤੇ ਜਿਹੜਾ ਵੇ ਨਾ ਉੱਥੇ ਇਜਾਜ਼ਤ ਹੁੰਦੀ ਹੈ ਬਿਲਕੁਲ ਜ਼ੀਰੋ ਓਕੇ ਜੀ ਇਨਸ਼ਾਅੱਲਾ ਤਾਲਾ ਇਹ ਹੁਣ ਕੋਈ ਪਿੱਛੇ ਕੁਝ ਰਹਿ ਗਏ ਨੇ ਤੁਸੀਂ ਖੁਦ ਕਰ ਲਿਓ ਅਗਰ ਕੋਈ ਮਸਲਾ ਬਣਿਆ ਸਾਰੀ ਸਿੰਪਲ ਜਿਹੀਆਂ ਚੀਜ਼ਾਂ ਪਿੱਛੇ ਫਾਲਸ ਹੋ ਰਹਿ ਗਈਆਂ ਤੇ ਫਿਰ ਇਨਸ਼ਾਅੱਲਾ ਤਾਲਾ ਅਸੀਂ ਮਿਲਦੇ ਹਾਂ ਆਪਣੇ ਨੈਕਸਟ ਲੈਸਨ ਦੇ ਵਿੱਚ ਤਦ ਤੱਕ ਵਾਸਤੇ ਤੁਸੀਂ ਕੋਸ਼ਿਸ਼ ਕਰੋ ਤੇ ਸਾਡੇ ਵਾਸਤੇ ਵੀ ਦੁਆ ਕਰੋ ਅੱਲਾ ਪਾਕ ਦੀ ਜ਼ਾਤ ਤੁਹਾਡੇ ਤੇ ਰਹਿਮ ਕਰੇ।